ਨੌਕਰਸ਼ਾਹ ਤੋਂ ਰਾਜਨੇਤਾ ਬਣੇ ਸ਼ਾਹ ਫੈਸਲ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਧਾਰਾ 370 ਨੂੰ ਖਤਮ ਕਰਨ ਅਤੇ ਰਿਆਸਤ ਨੂੰ ਦੋ ਹਿੱਸਿਆਂ ਵਿੱਚ ਵੰਡਣ ਤੋਂ ਪਹਿਲਾਂ ਕਸ਼ਮੀਰ ਨੂੰ ਅਚਾਨਕ ਬੰਦ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਕਿਹਾ ਹੈ ਕਿ ਉਮਰ ਅਬਦੁੱਲਾ, ਮਹਿਬੂਬਾ ਮੁਫਤੀ ਅਤੇ ਸਯਾਦ ਲੋਨ ਵਰਗੇ ਨੇਤਾਵਾਂ ਨਾਲ ਵੀ ਸੰਪਰਕ ਕਰਨਾ ਸੰਭਵ ਨਹੀਂ ਸੀ। ਫੇਸਬੁੱਕ 'ਤੇ ਲਿਖਦਿਆਂ ਹੋਇਆਂ ਫੈਸਲ ਨੇ ਕਿਹਾ ਕਿ ਕਸ਼ਮੀਰ ਨੂੰ ਅਚਾਨਕ ਬੰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ੀਰੋ ਬ੍ਰਿਜ ਤੋਂ ਹਵਾਈ ਅੱਡੇ ਤੱਕ ਕੁਝ ਗੱਡੀਆਂ ਦੀ ਆਵਾਜਾਈ ਦੇਖੀ ਜਾ ਰਹੀ ਹੈ ਅਤੇ ਹੋਰ ਇਲਾਕੇ ਪੂਰੀ ਤਰ੍ਹਾਂ ਨਾਲ ਬੰਦ ਹਨ। ਸਿਰਫ ਮਰੀਜ਼ਾਂ ਅਤੇ ਕਰਫਿਊ ਪਾਸ ਹੋਲਡਰਾਂ ਨੂੰ ਹੀ ਆਉਣ ਜਾਣ ਦੀ ਇਜਾਜ਼ਤ ਹੈ। ਉਮਰ ਅਬਦੁੱਲਾ, ਮਹਿਬੂਬਾ ਮੁਫਤੀ, ਸਯਾਦ ਲੋਨ ਤੱਕ ਪਹੁੰਚਣਾ ਜਾਂ ਉਹਨਾਂ ਨੂੰ ਸੁਨੇਹਾ ਭੇਜਣਾ ਸੰਭਵ ਨਹੀਂ ਸੀ। ਸ਼ਾਹ ਫੈਸਲ ਨੇ ਲਿਖਿਆ ਹੈ ਕਿ ਹੋਰਨਾਂ ਜ਼ਿਲ੍ਹਿਆਂ ਵਿੱਚ ਕਰਫਿਊ ਕਾਫ਼ੀ ਸਖ਼ਤ ਹੈ। ਤੁਸੀਂ ਕਹਿ ਸਕਦੇ ਹੋ ਕਿ 80 ਲੱਖ ਦੀ ਪੂਰੀ ਤਰ੍ਹਾਂ ਆਬਾਦੀ ਨੂੰ ਬੰਦੀ ਬਣਾ ਕੇ ਰੱਖਿਆ ਗਿਆ। ਅਜਿਹਾ ਪਹਿਲਾਂ ਕਦੀ ਨਹੀਂ ਹੋਇਆ। ਸਾਬਕਾ IAS ਅਧਿਕਾਰੀ ਨੇ ਅੱਗੇ ਕਿਹਾ ਕਿ ਫਿਲਹਾਲ ਦੇ ਲਈ ਖਾਣ ਪੀਣ ਅਤੇ ਹੋਰ ਜ਼ਰੂਰੀ ਸਮੱਗਰੀ ਦੀ ਕੋਈ ਕਮੀ ਨਹੀਂ ਹੈ। ਪ੍ਰਸ਼ਾਸਨ ਦੇ ਵਿੱਚ ਉਹਨਾਂ ਦੇ ਸੂਤਰ ਦੱਸਦੇ ਹਨ ਕਿ ਅਧਿਕਾਰੀਆਂ ਨੂੰ ਦਿੱਤੇ ਗਏ ਸੈਟੇਲਾਈਟ ਫੋਨ ਨਾਗਰਿਕਾਂ ਦੀ ਸਹੂਲਤ ਲਈ ਇਸਤੇਮਾਲ ਕੀਤੇ ਜਾ ਰਹੇ ਹਨ। ਸੰਚਾਰ ਦਾ ਕੋਈ ਹੋਰ ਸਾਧਨ ਉਪਲਬਧ ਨਹੀਂ ਹੈ। ਜਿਸ ਦੇ ਕੋਲ ਡਿਸ਼ TV ਹੈ ਉਹ ਖ਼ਬਰਾਂ ਦੇਖ ਰਹੇ ਹਨ। ਕੇਬਲ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਬਹੁਤੇ ਲੋਕਾਂ ਨੂੰ ਹਾਲੇ ਵੀ ਇਹ ਪਤਾ ਨਹੀਂ ਲੱਗ ਸਕਿਆ ਕਿ ਆਖਰ ਹੋਇਆ ਕੀ। ਸ਼ਾਹ ਫੈਸਲ ਨੇ ਕਿਹਾ ਹੈ ਕਿ ਕੁਝ ਘੰਟੇ ਪਹਿਲਾਂ ਤੱਕ ਰੇਡੀਓ ਕੰਮ ਕਰ ਰਿਹਾ ਸੀ। ਬਹੁਤੇ ਲੋਕ ਦੂਰਦਰਸ਼ਨ ਦੇਖ ਰਹੇ ਹਨ। ਕੌਮੀ ਮੀਡੀਆ ਨੂੰ ਵੀ ਅੰਦਰੂਨੀ ਇਲਾਕਿਆਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਆਖਰੀ ਸਮੇਂ ਤੱਕ ਕਿਸੇ ਪਰੇਸ਼ਾਨੀ ਤੋਂ ਬਚਣ ਲਈ ਔਰਤਾਂ ਕਈ ਦਿਨ ਪਹਿਲਾਂ ਹੀ ਹਸਪਤਾਲ ਵਿੱਚ ਭਰਤੀ ਹੋ ਜਾ ਰਹੀਆਂ ਨੇ, ਜਿਸ ਦੀ ਵਜ੍ਹਾ ਨਾਲ ਹਸਪਤਾਲਾਂ ਦੇ ਵਿੱਚ ਸਮਰੱਥਾ ਤੋਂ ਵੱਧ ਮਰੀਜ਼ ਭਰਤੀ ਹੋ ਗਏ ਹਨ, ਜਿੱਥੇ ਕੁਝ ਲੋਕ ਲੰਗਰ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਹਿੰਸਾ ਦੀ ਕੋਈ ਵਾਰਦਾਤ ਨਾ ਹੋਣ ਦੀ ਜਾਣਕਾਰੀ ਦਿੰਦੇ ਹੋਇਆਂ ਫੈਸਲ ਨੇ ਕਿਹਾ ਹੈ ਕਿ ਰਾਮਬਾਗ, ਨਾਤੀਪੁਰਾ, ਡਾਊਨਟਾਊਨ, ਕੁਲਗਾਮ, ਅਨੰਤਨਾਗ ਵਰਗੇ ਇਲਾਕਿਆਂ ਵਿੱਚੋਂ ਪੱਥਰਬਾਜ਼ੀ ਦੀਆਂ ਇੱਕਾ ਦੁੱਕਾ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲਾਂਕਿ ਕਿਸੇ ਦੀ ਹੱਤਿਆ ਦੀ ਖ਼ਬਰ ਨਹੀਂ ਹੈ। ਧਾਰਾ 370 ਨੂੰ ਹਟਾਏ ਜਾਣ ਦੇ ਬਾਰੇ ਵਿੱਚ ਕਸ਼ਮੀਰੀਆ ਦੀ ਪ੍ਰਤੀਕਿਰਿਆ ਦੇ ਬਾਰੇ ਵਿੱਚ ਦੱਸਦੇ ਹੋਇਆਂ ਸ਼ਾਹ ਫੈਸਲ ਨੇ ਕਿਹਾ ਕਿ ਲੋਕ ਸਦਮੇ ਵਿੱਚ ਹਨ ਅਤੇ ਉਹ ਹਾਲੇ ਤੱਕ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਪਾਏ ਕਿ ਇਸ ਦਾ ਕੀ ਅਸਰ ਹੋਵੇਗਾ। ਸ਼ਾਹ ਫੈਸਲ ਨੇ ਲਿਖਿਆ ਹੈ ਕਿ ਅਸੀਂ ਹਰ ਕੁਝ ਆਪਣਾ ਗੁਆ ਕੇ ਉਸਦਾ ਦੁੱਖ ਮਨਾ ਰਹੇ ਹਾਂ। 370 ਨੂੰ ਲੈ ਕੇ ਲੋਕਾਂ ਨਾਲ ਉਹਨਾਂ ਦੀ ਗੱਲਬਾਤ ਦੇ ਮੁਤਾਬਕ ਇਹ ਸੂਬੇ ਦਾ ਨੁਕਸਾਨ ਹੈ ਜਿਸ ਨੇ ਲੋਕਾਂ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ। ਇਸ ਨੂੰ ਲੋਕ ਪਿਛਲੇ 70 ਸਾਲਾਂ ਦੇ ਵਿੱਚ ਭਾਰਤ ਵੱਲੋਂ ਕੀਤੇ ਗਏ ਸਭ ਤੋਂ ਵੱਡੇ ਧੋਖੇ ਦੇ ਰੂਪ ਦੇ ਵਿੱਚ ਦੇਖ ਰਹੇ ਹਨ। ਉਹਨਾਂ ਕਿਹਾ ਕਿ ਹਿਰਾਸਤ ਵਿੱਚ ਲੈ ਜਾਣ ਤੋਂ ਬਚ ਗਏ ਕੁਝ ਆਗੂਆਂ ਨੇ TV ਚੈਨਲਾਂ ਦੇ ਰਾਹੀਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਜਿਹਾ ਕਿਹਾ ਗਿਆ ਕਿ ਸਰਕਾਰ 8-10 ਹਜ਼ਾਰ ਲੋਕਾਂ ਦੀ ਮੌਤ ਲਈ ਤਿਆਰ ਹੈ। ਇਸ ਲਈ ਸਾਡਾ ਜ਼ਮੀਰ ਸਾਡੇ ਤੋਂ ਮੰਗ ਕਰਦਾ ਹੈ ਕਿ ਅਸੀਂ ਕਿਸੇ ਨੂੰ ਕਤਲੇਆਮ ਦਾ ਮੌਕਾ ਨਾ ਦਈਏ। ਸ਼ਾਹ ਫੈਸਲ ਦਾ ਕਹਿਣਾ ਹੈ ਕਿ ਮੇਰੀ ਵੀ ਇਹੀ ਅਪੀਲ ਹੈ ਕਿ ਜਵਾਬੀ ਹਮਲੇ ਦੇ ਲਈ ਸਾਨੂੰ ਜ਼ਿੰਦਾ ਰਹਿਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਿਸੇ ਅਣਹੋਣੀ ਘਟਨਾ ਤੋਂ ਬਚਣ ਲਈ ਲੋਕਾਂ ਨੂੰ ਕਸ਼ਮੀਰ ਯਾਤਰਾ ਤੋਂ ਬਚਣਾ ਚਾਹੀਦਾ ਹੈ। ਕੇਂਦਰ ਸਰਕਾਰ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਇਆਂ ਸ਼ਾਹ ਫੈਸਲ ਨੇ ਕਿਹਾ ਹੈ ਕਿ ਸਾਡੇ ਇਤਿਹਾਸ ਅਤੇ ਸਾਡੀ ਪਹਿਚਾਣ ਨੂੰ ਦਬਾਉਣ ਵਾਲੇ ਇਸ ਗੈਰ ਸੰਵਿਧਾਨਕ ਕਾਨੂੰਨ ਨੂੰ ਚੁਣੌਤੀ ਦੇਣ ਦੇ ਲਈ ਸਾਰੀਆਂ ਵਿਰੋਧੀ ਪਾਰਟੀਆਂ ਇਕਜੁੱਟ ਹਨ। ਅਸੀਂ ਇਕੱਠੇ ਸੁਪਰੀਮ ਕੋਰਟ ਜਾਵਾਂਗੇ ਅਤੇ ਇਸ ਗੈਰ ਕਾਨੂੰਨੀ ਫੈਸਲੇ ਨੂੰ ਬਦਲਣ ਦੀ ਮੰਗ ਕਰਾਂਗੇ। ਉਹਨਾਂ ਨੇ ਕਿਹਾ ਕਿ ਫਿਲਹਾਲ ਦੇ ਲਈ ਇਹੀ ਇੱਕ ਉਮੀਦ ਹੈ ਕਿਉਂਕਿ ਕੌਮਾਂਤਰੀ ਭਾਈਚਾਰੇ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਇਸ ਲਈ ਉਹਨਾਂ ਨੂੰ ਉੱਥੋਂ ਕਿਸੇ ਵੀ ਚੀਜ਼ ਦੀ ਕੋਈ ਉਮੀਦ ਨਹੀਂ ਹੈ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਸਾਡੀ ਜੋ ਚੀਜ਼ ਦਿਨ ਦਿਹਾੜੇ ਸਾਡੇ ਤੋਂ ਖੋਲੀ ਗਈ ਹੈ ਉਸ ਨੂੰ ਸਿਰਫ ਤਾਂ ਸਿਰਫ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਹੀ ਸਾਨੂੰ ਵਾਪਸ ਦੇ ਸਕਦੇ ਹਨ, ਪਰ ਜੋ ਖੋ ਚੁੱਕਾ ਹੈ ਉਹ ਖੋ ਚੁੱਕਾ ਹੈ। ਸਾਨੂੰ ਲੜਾਈ ਜਾਰੀ ਰੱਖਣ ਦੇ ਵਿਸ਼ਵਾਸ ਤੋਂ ਇਲਾਵਾ ਸ਼ਾਇਦ ਹੁਣ ਸਭ ਕੁਝ ਗਵਾ ਚੁੱਕੇ ਹਾਂ ਅਤੇ ਹੁਣ ਅਸੀਂ ਲੜਾਈ ਹੀ ਕਰਾਂਗੇ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।